ਜੀ ਸਤਿ ਸਤਿ ਸ਼੍ਰੀ ਸ਼੍ਰੀ ਅਕਾਲ, ਅਕਾਲ, ਅਸਲਾਮ ਅਲੈਕਮ। ਅਦਾਬ, ਸਤਿ ਸ਼੍ਰੀ ਅਕਾਲ, ਨਮਸਤੇ। ਅਤੇ ਕੀ ਹਾਲ ਚਾਲ ਆ ਸਾਰਿਆਂ ਦਾ? ਅਤੇ ਆਈ ਆਈ ਹੋਪ ਹੋਪ ਸਾਰੇ ਸਾਰੇ ਵਧੀਆ ਹੋਵੋਗੇ ਜਿੱਥੇ ਤੁਸੀਂ ਹੋਵੋਗੇ। ਤੇ ਅੱਜ ਆਪਾਂ ਆ ਗਏ ਆਪਣੇ ਪੰਜਾਬੀ ਰਿਐਕਸ਼ਨ ਟੀਵੀ ਤੇ ਵਾਪਸ, ਤੇ ਅੱਜ ਹੁਣ ਤੋਂ ਆਪਾਂ ਲੈ ਕੇ ਆਵਾਂਗੇ ਤੁਹਾਡੇ ਲਈ ਤੁਹਾਡੀਆਂ ਮਨਪਸੰਦ ਦੀ ਵੀਡੀਓ ਤੇ ਉੱਪਰ ਰਿਐਕਸ਼ਨ। ਤੇ ਇੱਕ ਵੀਡੀਓ ਜਿਹਦੇ ਉੱਪਰ ਕਾਫੀ ਪਹਿਲਾਂ ਜਿਹੜੀਆਂ ਸੁਜੈਸ਼ਨਸ ਆਈਆਂ ਉਹਨਾਂ ਦੇ ਵੀ ਸੀਗੀਆਂ, ਆਪਾਂ ਵੀਡੀਓਸ ਤੇ ਲੈ ਰਹੇ ਹਾਂ। ਅਸੀਂ ਪੂਰੀਆਂ ਨਹੀਂ ਸੀ ਕਰ ਸਕੇ, ਤੇ ਉਹ ਹੁਣ ਵੀਡੀਓਜ਼ ਜਿਹੜੀਆਂ ਨੇ ਉਹ ਇਸ ਚੈਨਲ ਦੇ ਉੱਪਰ ਜਿਹੜੀਆਂ ਆ ਉਹ ਅਸੀਂ ਸਾਰੀਆਂ ਲੈ ਕੇ ਆਵਾਂਗੇ। ਔਰ ਹੋਰ ਕਿਹੜੀਆਂ ਕਿਹੜੀਆਂ ਵੀਡੀਓਜ਼ ਦੇ ਉੱਪਰ ਤੁਹਾਨੂੰ ਜਿਹੜਾ ਆ ਉਹ ਰਿਐਕਸ਼ਨ ਚਾਹੀਦਾ? ਨਾ ਕਰਦੇ ਹੋਏ ਹਨਾ ਵੀਡੀਓ ਕਰਦੇ ਆ ਸਟਾਰਟ ਤੇ, ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਕਰ ਲਿਓ। ਲਓ। ਤੇ ਅੱਜ ਦੀ ਜਿਹੜੀ ਵੀਡੀਓ ਹੈ ਇਹ ਹੈਗੀ ਆ ਟੱਪੇ, ਔਰ ਪੰਜਾਬੀ ਟੱਪੇ। ਤੇ ਪੰਜਾਬੀ ਫਿਰ ਤੁਹਾਨੂੰ ਟੱਪਿਆਂ ਪਤਾ ਹੀ ਹੈ ਕਿ ਜਦੋਂ ਵਿਆਹ ਸ਼ਾਦੀ ਦੇ ਵਿੱਚ ਟੱਪੇ, ਸਾਡੇ ਇਧਰ ਪੰਜਾਬ ਦੇ ਵਿੱਚ ਵੀ ਟੱਪੇ ਬਹੁਤ ਮਸ਼ਹੂਰ ਆ। ਤੇ ਵੀਡੀਓ ਆ ਪਾਕਿਸਤਾਨ ਦੀ? ਹਾਂਜੀ, ਪਾਕਿਸਤਾਨ ਦੀ ਵੀਡੀਓ ਆ। ਜਿਸ ਤੱਕ ਸਾਨੂੰ ਵਿਊ ਆ ਰਿਹਾ ਇਹਦੇ ਵਿੱਚ ਹੈਗਾ ਕਿ ਜੈਂਟਸ ਬੋਲਦੇ ਪਏ ਟੱਪੇ, ਸਾਡੇ ਇੱਥੇ ਲੇਡੀਜ਼ ਬੋਲਦੇ ਆ। ਤੇ ਆਪਾਂ ਦੇਖਦੇ ਹਾਂ, ਵੀਡੀਓ ਕਰਦੇ ਹਾਂ ਸਟਾਰਟ। ਤੇ ਉਹਨਾਂ ਚਿਰ ਤੱਕ ਤੁਸੀਂ ਸਬਸਕ੍ਰਾਈਬ ਤੇ ਲਾਈਕ ਕਰ ਦਿਓ। ਤੇ ਕਰਦੇ ਹਾਂ ਵੀਡੀਓ ਸਟਾਰਟ। ਮਾਈ ਇਹ ਟੱਪੇ ਬੋਲੇ ਜਾ ਢੋਲੇ ਸਕਦੇ ਆ ਵਾਲੇ। ਵਾਹ ਵਾਹ।
ਕੁੰਡਲਾਂ ਨੇ ਵਾਹ ਚਾਚਾ
ਸਾਡੇ ਇੱਥੇ ਜਦੋਂ ਉਹ ਕਰਦੇ ਆ ਤੇ 10 ਕੁ ਟੱਪੇ ਤੋਂ ਬਾਅਦ ਬਸ ਨਹੀਂ ਆਉਂਦੇ ਇੰਨਾ ਕੁ ਤਾਂ ਨਾ ਹਾਂ ਕਿਉਂਕਿ ਇਹ ਪ੍ਰੋਫੈਸ਼ਨਲ ਲੱਗਦੇ ਕਦੇ ਕਦੇ ਜਿਵੇਂ ਹਾਂ ਸਾਡੇ ਦੇ ਕੋਲ ਹਾਂਜੀ ਹਾਂਜੀ ਤੇ ਉਹਦੇ ਚ ਮਤਲਬ ਇੱਕ ਚੀਜ਼ ਜਿਹੜੀ ਆ ਕਿ ਆਪਾਂ ਆਪਣੇ ਜਿਹੜੇ ਇੱਥੇ ਟੱਪੇ ਆ ਹਨਾ ਹੁਣ ਟੱਪੇ ਢੋਲੇ ਦੇ ਮਾਈਏ ਹਨਾ ਇਹ ਚੀਜ਼ਾਂ ਆਪਣੇ ਇੱਧਰ ਸਾਡੇ ਇੱਧਰ ਪੰਜਾਬ ਦੇ ਵਿੱਚ ਨਾ ਬਹੁਤ ਜ਼ਿਆਦਾ ਜਿਹੜੀਆਂ ਉਹ ਪਿੱਛੇ ਰਹਿ ਗਈਆਂ ਆ ਹਨਾ ਬਹੁਤ ਘੱਟ ਲੋਕ ਜਿਹੜੇ ਆ ਉਹ ਇਹਨਾਂ ਚੀਜ਼ਾਂ ਨੂੰ ਜਿਹੜਾ ਕਰਦੇ ਆ ਹਾਂ ਮੈਰਿਜ ਤੋਂ ਪਹਿਲਾਂ ਜਿਹੜਾ ਗਾਉਣ ਬਿਠਾਇਆ ਜਾਂਦਾ ਗਾਉਣ ਬਿਠਾਇਆ ਜਾਂਦਾ ਉਹਦੇ ਵਿੱਚ ਜਿਨ੍ਹਾਂ ਨੂੰ ਆਉਂਦੇ ਆ ਉਹ ਸਾਰੇ ਨਹੀਂ ਆ ਜਿਹੜੇ ਜਿਹੜੇ ਥੋੜੇ ਮਾਡਰਨ ਥੋੜੇ ਮਤਲਬ ਜਿੱਦਾਂ ਸਿਟੀਜ਼ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਤੇ ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਆ ਉਹ ਜਿਹੜੇ ਅੱਜ ਕੱਲ ਬਾਲੀਵੁੱਡ ਦੇ ਵਿੱਚ ਜਿਹੜੇ ਸੌਂਗਸ ਆ ਪੰਜਾਬੀ ਹਨਾ ਚੱਲਦੇ ਆ ਉਹਨਾਂ ਉੱਤੇ ਨੱਚੀ ਜਾਂਦੇ ਕਿਉਂਕਿ ਉਹਨਾਂ ਨੂੰ ਇੰਨਾ ਹੁੰਦਾ ਵੀ ਗਾਉਣ ਬਿਠਾਇਆ ਹਨਾ ਸਾਡੇ ਗਾਉਣ ਬਿਠਾਉਣਾ ਕਹਿੰਦੇ ਇੱਥੇ ਤੇ ਉਹ ਜਦੋਂ ਗਾਉਣ ਬਿਠਾਉਂਦੇ ਆ ਤੇ ਉੱਥੇ ਉਹ ਨੱਚ ਨੁੱਚ ਕੇ ਤੇ ਮਤਲਬ ਉਹਨਾਂ ਚੀਜ਼ਾਂ ਦੇ ਢੋਲੇ ਮਾਈਏ ਜਿਹੜੇ ਆ ਟੱਪੇ ਆ ਇਹਨਾਂ ਇਹਨਾਂ ਤੋਂ ਮਤਲਬ ਲੋਕ ਬਹੁਤ ਜ਼ਿਆਦਾ ਜਿਹੜੇ ਆ ਉਹ ਹਟਦੇ ਜਾ ਰਹੇ ਆ ਬੜੇ ਐਂਟਰਟੇਨਿੰਗ ਆ ਹਨਾ ਬਿਲਕੁਲ ਤੇ ਇਧਰ ਜਿਹੜੇ ਸਾਡੇ ਵੀ ਚੱਲਦੇ ਕਿ ਇੱਕੋ ਹੀ ਮਤਲਬ ਕਿ ਬੋਲੀ ਜਾਂਦੇ ਨਾ ਸਾਡੇ ਕਿ ਇੱਕ ਲੜਕੀ ਨੇ ਤੇ ਇੱਕ ਮੀਨਸ ਦੋ ਹੁੰਦੇ ਫਿਰ ਹੁੰਦੇ ਕਿ ਦੋ ਧਿਰਾਂ ਬਣੀਆਂ ਹੁੰਦੀਆਂ ਇੱਕ ਧਿਰ ਨੇ ਕੁਝ ਬੋਲਣਾ ਉਹਦੇ ਜਵਾਬ ਵਿੱਚ ਦੂਜੇ ਧਿਰ ਨੇ ਬੋਲਣਾ ਹਾਂ ਜਿੱਦਾਂ ਕਈ ਵਾਰੀ ਤੇ ਹੁੰਦਾ ਹੈ ਕਿ ਜਿੱਦਾਂ ਨਾਨਕਿਆਂ ਤੇ ਦਾਦਕਿਆਂ ਦਾ ਬਣ ਜਾਂਦਾ ਹਨਾ ਜਿਵੇਂ ਬਣ ਜਾਂਦਾ ਜਿਵੇਂ ਇੱਕ ਲੜਕੀ ਸਾਈਡ ਹੋ ਗਿਆ ਇੱਕ ਲੜਕੀ ਦੀ ਬੋਲਦੀਆਂ ਲੇਡੀਜ਼ ਆ ਸਾਡੇ ਪਰ ਦੋ ਸਾਈਡਸ ਲੈ ਕੇ ਦੋ ਸਾਈਡਸ ਲੈ ਕੇ ਬੋਲਦੀਆਂ ਬਿਲਕੁਲ ਤੇ ਬਹੁਤ ਵਧੀਆ ਬੜਾ ਐਂਟਰਟੇਨਿੰਗ ਆ ਔਰ ਮਤਲਬ ਵੀਡੀਓ ਵੇਖ ਕੇ ਪਤਾ ਲੱਗਦਾ ਪਿਆ ਕਿ ਬਹੁਤ ਖੁਸ਼ਨੁਮਾ ਮਾਹੌਲ ਆ ਤੇ ਇਹੋ ਜਿਹੇ ਮਾਹੌਲ ਜਿਹੜੇ ਆ ਉਹ ਵਿਆਹ ਸ਼ਾਦੀਆਂ ਦੇ ਉੱਤੇ ਹਨਾ ਪ੍ਰੋਗਰਾਮਾਂ ਦੇ ਉੱਤੇ ਕਾਫੀ ਆ ਉਹ ਚੀਜ਼ਾਂ ਨੂੰ ਹੁਣ ਮਿਸ ਕਰਦੇ ਪਏ ਆ 2 ਸਾਲ ਹੋ ਗਿਆ ਤਕਰੀਬਨ ਤੇ ਲੋਕਾਂ ਨੂੰ ਘਰਾਂ 'ਚ ਵਾੜ ਕੇ ਰੱਖਿਆ ਆ ਕਰੋਨਾ ਨੇ ਤੇ ਇਹੋ ਜਿਹੀਆਂ ਮਹਿਫਲਾਂ ਜਿਹੜੀਆਂ ਆ ਉਹ ਬੜੀਆਂ ਘਟ ਗਈਆਂ ਆ ਲੱਗਣੀਆਂ ਤੇ ਹਾਂ ਤੇ ਬਾਕੀ ਇਹ ਆ ਕਿ ਪ੍ਰਮਾਤਮਾ ਅੱਗੇ ਉਸ ਅਕਾਲ ਪੁਰਖ ਉਸ ਵਾਹਿਗੁਰੂ ਅੱਗੇ ਅੱਲਾ ਅੱਗੇ ਅਰਦਾਸ ਕਰਦੇ ਹਾਂ ਤੇ ਜਲਦੀ ਤੋਂ ਜਲਦੀ ਜਿਹੜਾ ਆ ਇਹ ਜਿਹੜੀ ਮਹਾਮਾਰੀ ਆ ਇਹ ਜੋ ਵੀ ਆ ਹਨਾ ਇਹਦਾ ਅੰਤ ਹੋਵੇ ਖਤਮ ਹੋਵੇ ਤੇ ਪਹਿਲਾਂ ਵਾਂਗੂ ਜਿਹੜੇ ਆ ਲੋਕ ਉਹ ਇਦਾਂ ਹੀ ਮਿਲ ਬੈਠ ਕੇ ਇਦਾਂ ਹੀ ਹਨਾ ਖੁਸ਼ੀਆਂ ਵੰਡਣ ਹਨਾ ਤੇ ਅੱਜ ਕੱਲ ਤੇ ਖੁਸ਼ੀਆਂ ਛੱਡ ਕੇ ਦੁੱਖ ਵੀ ਨਹੀਂ ਵੰਡਾਏ ਜਾਂਦੇ ਦੁੱਖ ਨਹੀਂ ਵੰਡਾਏ ਜਾ ਰਹੇ ਕਿਸੇ ਨਾਲ ਬਿਲਕੁਲ ਤੇ ਸੋ ਬਹੁਤ ਵਧੀਆ ਲੱਗਾ ਤੇ ਸੈਕਿੰਡ ਗੱਲ ਜਿਹੜੀ ਮੈਂ ਜਿਹੜੇ ਬੜੇ ਵਧੀਆ ਵਧੀਆ ਟੱਪੇ ਜਿਹੜੇ ਬੜੇ ਸੋਹਣੇ ਸੀਗੇ ਆਪਾਂ ਇੱਧਰ ਆਪਣੇ ਚ ਵੀ ਗ੍ਰੈਬ ਕਰਾਂਗੇ ਹਨਾ ਹਾਂ ਬਿਲਕੁਲ ਸਾਡੇ ਕਾਂਟੀ ਉਹ ਬਹੁਤ ਵਧੀਆ ਬੋਲਦੇ ਆ ਸੰਗੀਤ ਦੇ ਵਿੱਚ ਲੇਡੀ ਸੰਗੀਤ ਉਹਨਾਂ ਨੂੰ ਮੈਂ ਦੇਖੀ ਆਵਾਂਗੀ ਕਿ ਤੁਸੀਂ ਇਹਨਾਂ ਨੂੰ ਵੀ ਪਿਆਰ ਕਰੋ ਬੜੇ ਵਧੀਆ ਨਾ ਸੋ ਜਿਨ੍ਹਾਂ ਨੇ ਹਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਵੀਡੀਓ ਪਸੰਦ ਆਵੇ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਔਰ ਸਾਡਾ ਦੂਸਰਾ ਚੈਨਲ ਜਿਹੜਾ ਦੀਪਜੋਤ ਵਲੋਗ ਆ ਉਹਦੇ ਉੱਪਰ ਵੀ ਜਿਹੜੇ ਆ ਸਾਡੇ ਰਿਐਕਸ਼ਨ ਆ ਰਹੇ ਆ ਤੇ ਉਸ ਚੈਨਲ ਨੂੰ ਵੀ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲਓ ਔਰ ਪੰਜਾਬੀ ਰਿਐਕਸ਼ਨ ਚੈਨਲ ਤੇ ਤੁਹਾਡਾ ਹੈ ਹੀ ਆ ਤੇ ਸੋ ਮਿਲਦੇ ਆ ਕਿਸੇ ਹੋਰ ਵੀਡੀਓ ਵਿੱਚ ਤਦ ਤੱਕ ਸਤਿ ਸ਼੍ਰੀ ਅਕਾਲ।